पंजाब सरकार वालों पिछले महीने पंजाब पुलिस विच कॉन्सटेबल की भर्ती संबंधी पेपर आया सी, जिस विच 4600 नौकरियां सन। पंजाब पुलिस विच कॉन्सटेबल की नौकरी लैण लई गरीब वर्ग के 4 लाख तो वध नौजवान लड़के लड़कियां ने फार्म भर पेपर दिता सी। ते पहली सूची जारी होण तो बाद वड्डे पद्धर ते घपले दे शक तो बाद पंजाब भर च कांग्रेस दी चन्नी सरकार खिलाफ पीड़ित नौजवान लड़के लड़कियां दा रोस सड़कां ते देखण नूं मिलिया। कपूरथला जिले च सैकड़ा कॉन्सटेबल पेपर देण वाले लड़के लड़कियां ने कपूरथला बस स्टैंड रोड जाम करके कांग्रेस सरकार ते मुख्यमंत्री चरणजीत सिंह चन्नी खिलाफ रोस प्रगट किया। ਘਪਲਾਬਾਜ਼ੀ ਦੇ ਕਾਂਸਟੇਬਲ ਦੇ ਪੇਪਰ ਵਿੱਚ ਜਿਹੜਾ ਘਪਲਾਬਾਜ਼ੀ ਹੋਇਆ ਨੰਬਰਾਂ ਦੇ ਵਿੱਚ। ਤੁਸੀਂ ਪੇਪਰ ਦਿੱਤੇ ਸੀਗੇ? ਹਾਂਜੀ। ਮੇਰੇ 72 ਤਾਂ ਸੁਣਨ ਨੂੰ ਆ ਰਿਹਾ ਜਿਹੜੇ 35% ਹੈ ਉਹ ਉਹਨਾਂ ਨੇ ਮਤਲਬ ਸਰ 15% ਵਾਲਿਆਂ ਦੀ ਮੈਰਿਟ ਲਿਸਟ ਚੱਕੀ ਹੋਈ ਆ। ਮਿਹਨਤ ਦਾ ਕੋਈ ਮੁੱਲ ਨਹੀਂ, ਸਰਕਾਰ ਬਸ ਪੈਸੇ ਖਾਣ ਗਿੱਜੀ ਹੋਈ ਆ। ਜਿਹੜੀ ਚੰਨੀ ਸਰਕਾਰ ਰੋਜ਼ਗਾਰ ਦੇ ਵਾਅਦੇ ਕਰਦੀ ਨੇ, ਤੁਸੀਂ ਕਿੱਦਾਂ ਦੇਖ ਲਓ ਤੁਹਾਡੇ ਨਾਲ ਕੋਈ ਧੱਕਾ ਹੋ ਰਿਹਾ, ਕਿੱਦਾਂ ਦੇਖ ਰਹੇ ਹੋ? ਕੋਈ ਸਰਕਾਰ ਵਾਅਦੇ ਪੂਰੇ ਨਹੀਂ ਕਰਦੀ, ਸਿਰਫ ਇਹਨਾਂ ਪੈਸਾ ਜਿੱਧਰੋਂ ਪੈਸਾ ਮਿਲਦਾ ਉਹਦੀ ਜੈ ਜੈਕਾਰ ਕਰ ਦਿੰਦੇ ਆ। ਤੁਸੀਂ ਕੀ ਮੰਗ ਕਰਦੇ ਹੋ? ਮੈਂ ਓਪਨ ਟ੍ਰਾਇਲ ਦੀ ਮੰਗ ਕਰਦੀ ਹਾਂ ਕਿ ਸਾਰੇ ਬੱਚਿਆਂ ਦੇ ਓਪਨ ਟ੍ਰਾਇਲ ਹੋਣ, ਕੋਈ ਪੇਪਰ ਨਹੀਂ। ਧੰਨਾ ਸਰ ਇਸ ਲਈ ਲਾਇਆ ਵਾ ਕਿ ਇਹਨਾਂ ਨੂੰ ਹੱਕ ਨਹੀਂ ਸਰ ਇਹਨਾਂ ਨੂੰ ਮਿਲਿਆ ਜਿਹੜਾ ਮਿਲਣਾ ਚਾਹੀਦਾ ਸੀ ਇਹਨਾਂ ਨੂੰ। ਪਹਿਲਾਂ ਇਹਨਾਂ ਕਿਹਾ ਸੀਗਾ ਕਿ 25-30% ਵਾਲੇ ਬੱਚੇ ਜਿਹੜੇ ਉਹ ਪਾਸ ਕੀਤੇ ਜਾਣਗੇ, ਟ੍ਰਾਇਲ ਦੇਣਗੇ। ਹੁਣ ਇੱਦਾਂ ਦੇ ਵਿੱਚ ਮੁੰਡੇ ਕੁੜੀਆਂ ਹੈਗੇ ਜਿਹਨਾਂ 60-70 ਨੰਬਰ ਆਏ ਹੋਏ ਆ, ਉਹ ਫੇਲ ਆ, ਅਤੇ ਜਿਹੜੇ ਹੈਗੇ ਆ ਕੁਛ 30-35 ਵਾਲੇ ਉਹ ਚੱਕ ਲਏ ਆ। ਇਹ ਤਾਂ ਗੱਲ ਗਲਤ ਆ ਨਾ ਸਰ। ਹੁਣ ਸਾਡੀ ਮੰਗ ਇਹ ਆ, ਜਾਂ ਭਰਤੀ ਪੂਰੀ ਕੈਂਸਲ ਕੀਤੀ ਜਾਊਗੀ ਜਾਂ ਫਿਰ ਸਾਰਿਆਂ ਨੂੰ ਮੌਕਾ ਦਿੱਤਾ ਜਾਊਗਾ। ਅਤੇ ਜੇ ਕੋਈ ਦੌੜ 'ਚੋਂ ਰਹਿੰਦਾ ਜਾਂ ਫਿਜ਼ੀਕਲ 'ਚੋਂ ਰਹਿੰਦਾ ਫਿਰ ਸਾਡੀ ਗਲਤੀ ਆ। ਇਹਦੇ ਲਈ ਤੁਹਾਡੇ ਕੋਲੋਂ ਕੋਈ ਅਫਸਰਾਂ ਨੂੰ ਕਿਸੇ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ? ਸਾਰੇ ਸਾਡੇ ਨਾਲ, ਸਾਨੂੰ ਕਿਸੇ ਦੀ ਲੋੜ ਹੀ ਨਹੀਂ। ਫਿਲਹਾਲ ਸਾਡੇ ਕੋਲ ਮੰਤਰੀ ਸਾਹਿਬ ਹੀ ਖੜੇ ਕੋਲ। ਇਸ ਦੌਰਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਵੀ ਮੌਜੂਦ ਰਹੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਲੋਕਾਂ ਦੇ ਹੱਕ ਵਿੱਚ ਧਰਨੇ ਦੀ ਹਮਾਇਤ ਕੀਤੀ। ਦੂਜੇ ਪਾਸੇ ਥਾਣਾ ਉਥਾਣਾ ਸਿਟੀ ਕਪੂਰਥਲਾ ਗੌਰਵ ਧੀਰ ਨੂੰ ਉੱਚ ਅਧਿਕਾਰੀਆਂ ਦੇ ਨਾਮ ਮੰਗ ਪੱਤਰ ਦਿੱਤਾ। ਜਾਂ ਤਾਂ ਆਪਣਿਆਂ ਨੂੰ ਦੇ ਦਿਓ ਜਾਂ ਪੈਸੇ ਲੈ ਕੇ ਦੇ ਦਿਓ। ਇਹ ਤਾਂ ਜੱਗ ਜ਼ਾਹਿਰ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ। ਅੱਜ ਸਾਡੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਧਰਨੇ ਦੇ ਰਹੇ ਨੇ, ਜਿਨ੍ਹਾਂ ਦੇ ਨਾਲ ਇਹ ਧੋਖਾ ਹੋਇਆ, ਜਿਹੜੇ ਪੰਜਾਬ ਪੁਲਿਸ ਦੇ ਵਿੱਚ ਜੋ ਘਪਲੇਬਾਜ਼ੀ ਚੱਲਦੀ ਪਈ ਹੈ। ਸੋ ਆਪਣਿਆਂ ਨੂੰ ਤਾਂ ਨੌਕਰੀਆਂ ਦੇ ਰਹੇ ਨੇ, ਅਤੇ ਜਿਹੜੇ ਵਿਚਾਰੇ ਗਰੀਬ ਪਰਿਵਾਰ ਦੇ ਗਰੀਬ, ਉਹਦਾ ਤਾਂ ਚੰਨੀ ਸਾਹਿਬ ਕਹਿੰਦੇ ਮੈਂ ਇੱਕ ਗਰੀਬ ਪਰਿਵਾਰ 'ਚੋਂ ਹਾਂ, ਪਰ ਇਹ ਕੀ ਗੱਲ ਜਿਹੜੇ ਲੋੜਵੰਦ ਪਰਿਵਾਰਾਂ 'ਚੋਂ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਉੱਠੇ ਨੇ ਕਿ ਇਹ ਇਹਨਾਂ ਦਾ ਹੱਕ ਨਹੀਂ। ਜਿਨ੍ਹਾਂ ਦਾ ਹੱਕ ਬਣਦਾ ਹੈ 75%, ਜਿਨ੍ਹਾਂ ਦੇ 75-75 ਨੰਬਰ ਨੇ ਉਹਨਾਂ ਨੂੰ ਫੇਲ ਕੀਤਾ ਗਿਆ। ਇਹ ਕਿਸ ਆਧਾਰ 'ਤੇ ਕੀਤਾ ਗਿਆ? ਇਹ ਕਿਹੜੀ ਮੈਰਿਟ ਲਿਸਟ ਹੈ ਤੁਹਾਡੀ? ਇਹ ਕਿੱਥੇ ਪੈਸਾ ਚੱਲਦਾ ਪਿਆ? ਇਹ ਮੈਂ ਚੰਨੀ ਸਰਕਾਰ ਨੂੰ ਸਾਫ਼ ਤੌਰ 'ਤੇ ਕਹਿਣਾ ਚਾਹੁੰਦਾ ਕਿ ਇਹਨਾਂ ਘਪਲੇਬਾਜ਼ਾਂ, ਜੋ ਆ ਤੁਹਾਡੀ ਸਰਕਾਰ ਹੈਗੀ ਹੈ, ਜੋ ਤੁਹਾਡੇ ਘਪਲੇ ਵਾਲੇ ਮੰਤਰੀ ਹੈਗੇ ਨੇ, ਇਹਨਾਂ ਚੀਜ਼ਾਂ ਤੋਂ ਬਾਅਦ ਆ ਜਾਓ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਤੁਹਾਨੂੰ ਇਹ ਸੁੰਗਲੀ ਦੀ ਮਾਰ ਦੇ ਉੱਤੇ ਤੁਹਾਡਾ ਤਖਤਾ ਪਲਟ ਕਰਨਗੇ ਜੀ। ਨਿਆਣਿਆਂ ਵੱਲੋਂ ਤੁਸੀਂ ਵੀ ਨਾਲ ਸਮਰਥਨ ਕਰ ਰਹੇ ਹੋ? ਜੀ ਜੀ। ਦੇਖੋ ਜੀ, ਮੈਨੂੰ ਅੱਜ ਇਹਨਾਂ ਨੌਜਵਾਨ ਮੁੰਡੇ ਕੁੜੀਆਂ ਦੀ ਜੋ ਕਾਲ ਆਈ ਹੈ, ਜਿਨ੍ਹਾਂ ਦਾ ਮੰਗ ਇਹ ਹੈਗੀ ਹੈ ਕਿ ਪੰਜਾਬ ਸਰਕਾਰ ਦੇ ਵਿੱਚ ਜਿੰਨੇ ਵੀ ਮੌਜੂਦਾ ਭਰਤੀਆਂ ਕੀਤੀਆਂ ਗਈਆਂ ਪੰਜਾਬ ਪੁਲਿਸ ਵੱਲੋਂ, ਚਾਰ ਜਿਹੜੀ ਕਿ ਨੌਕਰੀ ਲਈ ਰੱਖਿਆ ਗਿਆ, ਜਦਕਿ ਜਿਨ੍ਹਾਂ ਦੇ 75-75 ਨੰਬਰ ਵੀ ਸਨ ਉਹਨਾਂ ਨੂੰ ਫੇਲ ਕੀਤਾ ਗਿਆ, ਜਿਨ੍ਹਾਂ ਦੇ 30-30, 32-32, 35-35 ਨੰਬਰ ਵੀ ਸੀਗੇ ਉਹਨਾਂ ਨੂੰ ਪਾਸ ਕੀਤਾ ਗਿਆ। ਜੇ ਅਸੀਂ ਇਸ ਚੀਜ਼ ਦਾ ਇਹਨਾਂ ਨੇ ਮੰਗ ਪੱਤਰ ਦਿੱਤਾ ਆਮ ਆਦਮੀ ਪਾਰਟੀ ਨੂੰ, ਇਹ ਇੱਦਾਂ ਹੀ ਘਪਲਾ ਜੇ ਚੱਲਦਾ ਰਿਹਾ ਪੰਜਾਬ ਸਰਕਾਰ ਦੇ ਵਿੱਚ, ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਦਾ ਅਸੀਂ ਇਹਦੀ ਤਫਤੀਸ਼ ਕਰ ਰਹੇ ਹਾਂ। ਜੇ ਵਾਕਈ ਇੱਦਾਂ ਗਲਤ ਹੈਗਾ ਆ ਤੇ ਅਸੀਂ ਇਹਨਾਂ ਦਾ ਪੂਰਾ ਸਮਰਥਨ ਦਵਾਂ। ਪੰਜਾਬ ਪੁਲਿਸ ਵਿੱਚ ਪੰਜਾਬ ਦੇ ਲੱਖਾਂ ਨੌਜਵਾਨਾਂ ਨੇ ਆਪਣੇ ਭਵਿੱਖ ਲਈ ਉਮੀਦ ਲਗਾਈ ਸੀ। ਕਪੂਰਥਲਾ ਤੋਂ ਸੁਨੀਲ ਕੁਮਾਰ ਗੋਗਨਾ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਜਾਂ ਆਸਟ੍ਰੇਲੀਆ ਸਕਾਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।